ਅਸਲਾਮ ਵਾਲੇਕਮ ਜੀ ਯਾਸਰ ਸੰਧੂ ਜੀ ਅੱਜ ਦਾ ਵੀਕਲੀ ਦੇ ਵਿੱਚ ਪਹਿਲੇ ਤਾਂ ਜੀ ਆਪਣੇ ਕਾਫੀ ਦੋਸਤਾਂ ਦੇ ਕਮੈਂਟ ਆ ਰਹੇ ਸੀਗੇ ਕਿ ਭਾਈ ਆਪਣਾ ਗਾਈਡ ਕਰ ਦੋ ਕਿ ਜਿਹੜਾ ਬੈਂਕ ਦੇ ਵਿੱਚ ਜਾਂਦੇ ਆ ਉਥੋਂ ਅਪਲਾਈ ਨਹੀਂ ਹੋ ਰਿਹਾ ਇਸ ਤਰ੍ਹਾਂ ਦੇ ਮਸਲੇ ਮਸੈਲ ਆ ਰਹੇ ਆ ਜਿਹੜਾ ਆਪਣਾ ਸਕੀਮ ਆਈ ਹੋਈ ਹੈ ਟਰੈਕਟਰਾਂ ਦੀ ਉਹਦੇ ਵਿੱਚ ਅਪਲਾਈ ਕਰਨ ਦੇ ਵਿੱਚ ਮਸਲੇ ਮਸੈਲ ਆ ਰਹੇ ਆ ਮੈਂ ਦੱਸਦਾ ਚਾਹਾਂਗਾ ਕਿ ਬਿਲਕੁਲ ਮਸਲੇ ਮਸੈਲ ਹੈ ਨੇ ਮੈਂ ਇੱਕ ਦੋ ਇਲਾਕੇ ਦੇ ਵਿੱਚ ਇੱਕ ਦੋ ਲੜਕਿਆਂ ਦਾ ਅਪਲਾਈ ਕਰਾਉਣਾ ਸੀਗਾ ਤੇ ਕਿ ਕਈ ਵਾਰੀ ਵੈਬਸਾਈਟ ਬੰਦ ਆ ਰਹੀ ਆ ਇਸ ਤਰ੍ਹਾਂ ਦੇ ਹੋਰ ਕਈ ਮਾਮਲੇ ਆ ਰਹੇ ਨੇ ਲੇਕਿਨ ਕਈਆਂ ਦੇ ਮੈਨੂੰ ਇਸ ਇਲਾਕੇ ਤੋਂ ਤਾਂ ਨਹੀਂ ਦੂਰੋਂ ਕਈਆਂ ਦੇ ਪੋਜ਼ਿਟਿਵ ਵੀ ਥੋੜੇ ਜਿਹੇ ਕਮੈਂਟ ਆਏ ਨੇ ਕਿ ਉਹਨਾਂ ਨੇ ਜਿਹੜਾ ਟਰੈਕਟਰ ਉਹਨਾਂ ਦਾ ਬੁੱਕ ਹੋਇਆ ਹੈ ਤਾਂ ਕੋਈ ਫਰੈਸ਼ ਨਿਊਜ਼ ਹੋਈ ਹੈ ਤੇ ਬਾਰੇ ਮੈਂ ਤਾਂ ਜ਼ਰੂਰ ਸ਼ੇਅਰ ਕਰੂੰਗਾ ਬਹਰਾਲ ਸਕੀਮ ਹੈ ਮੈਂ ਫੈਸਲਾ ਕੀਤਾ ਹੈ ਕਿ ਕਿਉਂ ਨਾ ਤੁਹਾਨੂੰ ਮੈਂ ਜਿਹੜਾ ਉਹਦਾ ਲਿੰਕ ਦੇ ਦਵਾਂ ਡਾਇਰੈਕਟ ਵੈਬਸਾਈਟ ਦਾ ਵੈਬਸਾਈਟ ਦਾ ਲਿੰਕ ਜਿਹੜਾ ਹੈ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਥੱਲੇ ਨੀਚੇ ਦੇ ਦੇਵਾਂਗਾ ਉਹ ਤੁਸੀਂ ਚੈੱਕ ਕਰ ਲੈਣਾ ਉੱਥੋਂ ਜਾ ਕੇ ਉੱਥੋਂ ਅਪਲਾਈ ਕਰਨ ਦੀ ਕੋਸ਼ਿਸ਼ ਕਰ ਲੈਣਾ ਪਹਿਲੇ ਤੁਸੀਂ ਆਪਣਾ ਆਈਡੀ ਕਾਰਡ ਇੰਟਰ ਕਰੋਗੇ ਅਗਰ ਪਹਿਲੇ ਅਪਲਾਈ ਤੁਸੀਂ ਨਹੀਂ ਕੀਤਾ ਤਾਂ ਉੱਥੇ ਲਿਖੋ ਕਿ ਆ ਜਾਏਗਾ ਕੁਝ ਵੀ ਨਹੀਂ ਲਿਖੋ ਕਿ ਆਏਗਾ ਤੁਸੀਂ ਉਹਨੂੰ ਤਹਿਰੀਰ ਪੜ੍ਹ ਸਾਰਾ ਕੁਝ ਥੱਲੇ ਪ੍ਰਕਾਸ਼ ਕਰ ਸਕਦੇ ਆ ਅਗਰ ਤੁਸੀਂ ਪਹਿਲੇ ਅਪਲਾਈ ਕਰ ਚੁੱਕੇ ਆ ਤਾਂ ਫਿਰ ਉੱਥੇ ਲਿਖ ਹੋ ਜਾਏਗਾ ਆਲਰੇਡੀ ਅਪਲਾਈ ਮੈਂ ਉਹਦੇ ਉੱਤੇ ਕੋਸ਼ਿਸ਼ ਕੀਤੀ ਸੀ ਲੇਕਿਨ ਮੇਰਾ ਉਹਨ ਐਰਰ ਆ ਗਿਆ ਸੋ ਇਸ ਕਰਕੇ ਜਿਵੇਂ ਕੋਈ ਫਰੈਸ਼ న్యూਸ ਹੈ ਤੇ ਬਾਰੇ ਹੋਏਗੀ ਮੈਂ ਦੱਸਾਂਗਾ ਤੇ ਜਿਹੜਾ ਅਸੀਂ ਇੱਕ ਅਪਲਾਈ ਇੱਕ ਦੋਸਤ ਦਾ ਕਰ ਰਿਹਾ ਸੀ ਮੈਂ ਉਹਦੀ ਨਿਊਜ਼ ਇਨਸ਼ਾਅੱਲਾ ਮੈਂ ਤੁਹਾਨੂੰ ਜਲ ਦਵਾਂਗਾ ਕਿ ਉਹਦਾ ਕੀ ਬਣਿਆ ਉਹਨੂੰ ਮਿਲਿਆ ਜਾਂ ਨਹੀਂ ਮਿਲਿਆ ਤੇ ਬਾਕੀ ਇੱਕ ਹੋਰ ਇਸ ਤੋਂ ਇਲਾਵਾ ਬੜਾ ਇਤਰਾਜ਼ ਆ ਰਿਹਾ ਸੀ ਦੋਸਤਾਂ ਦਾ ਕਿ ਜੀ ਉਹ ਤੁਸੀਂ yellow tractor ਦੀ ਕੀਮਤ ਨਹੀਂ ਦੱਸੀ ਬੜੇ ਕਮੈਂਟ ਸੀ ਕਿ ਜੋ بتانے ਵਾਲੀ ਚੀਜ਼ ਹੈ ਉਹ ਤਾਂ ਆਪਨੇ ਬਤਾਈ ਨਹੀਂ ਤੇ ਮੈਂ ਦੱਸਦਾ ਜਾਵਾਂ ਵੀਰਾਂ ਨੂੰ ਕਿ ਵੀਰ ਜੀ ਉਹਦੀ 52 ਲੱਖ ਰੁਪਈਆ ਕੀਮਤ ਸੀ ਦਿਲ ਹੀ ਨਹੀਂ ਕੀਤਾ ਤੁਹਾਨੂੰ ਦੱਸਣ ਆਸਤੇ ਕੀਮਤ ਕਿਉਂਕਿ 52 ਲੱਖ ਦੀ ਰੇਂਜ ਤੇਕਰ ਮੈਨੂੰ ਪਤਾ ਸੀ ਕਿ ਕਿਸਾਨ ਕੋਈ ਵੀ ਟਰੈਕਟਰ ਨਹੀਂ ਖਰੀਦੂਗਾ ਸੋ ਇਸ ਕਰਕੇ ਮੈਂ ਬਸ ਫਿਰ ਉਹਨੂੰ ਗੋਲ ਮੋਲ ਕਰ ਗਿਆ ਮੈਂ ਕਿਹਾ ਵੀ ਕਿਸਾਨ ਆਪੇ ਸਮਝਦਾਰ ਨੇ ਅੰਦਾਜ਼ਾ ਲਗਾ ਲੈਣਗੇ ਵੀ 100 ਪਲੱਸ ਹਾਰਸ ਪਾਵਰ ਦਾ ਟਰੈਕਟਰ ਆ 6 ਸਿਲੰਡਰ ਆ ਤੇ ਜ਼ਾਹਰੀ ਬਾਤ ਇਹ ਸਸਤਾ ਤਾਂ ਹੋ ਨਹੀਂ ਸਕਦਾ ਤੇ 59 ਲੱਖ ਰੁਪਏ ਦਾ ਬ੍ਰਦਰ ਹਾਂਜੀ ਯਾਸਰ ਭਾਈ ਟਰੈਕਟਰ ਹੈ 385 2019 ਮਾਡਲ ਉਹਦੀ ਚੋਕ ਨਹੀਂ ਕੰਮ ਕਰਦੀ ਬਾਜੀ ਇਹ ਕਿਹੜਾ ਮਸਲਾ ਆ ਤੁਸੀਂ ਚੋਕ ਵਾਲੀ ਤਾਰ ਖੋਲ ਲਓ ਉਹਨੂੰ ਆਵਾਸ਼ ਕਰਾ ਲਓ ਉਹਦੇ ਵਿੱਚ ਪੈਟਰੋਲ ਡਾਲੋ ਮਿੱਟੀ ਦਾ ਤੇਲ ਡਾਲੋ ਤੇ ਕੇਵਲ ਨੂੰ ਐਸਾਸਰੀ ਕੇ ਹਲਾਓ ਦੋਹਾਂ ਸਾਈਡਾਂ ਤੋਂ ਜਰਾ ਉਹਨੂੰ ਵਰਕ ਕਰਾਓ ਵਿੱਚ ਉਹਦੇ ਤੇ ਉਹਦੇ ਵਿੱਚ ਜਿਹੜੀ ਮੈਲ ਕਚੈਲ ਜਿਹੜਾ ਅੰਦਰ ਕਚਰਾ ਆ ਨਿਕਲ ਜਾਏਗਾ ਅਗਰ ਕੋ ਬੜਿਆ ਬਿਆ ਅਗਰ ਇਸ ਤੋਂ ਇਲਾਵਾ ਨਹੀਂ ਤੇ ਉਹਦਾ ਸਪਰਿੰਗ ਹੁੰਦਾ ਦੂਸਰੀ ਸਾਈਡ ਤੇ ਉੱਤੇ ਟਾਈਟ ਹੋਣ ਵਾਲਾ ਉਹ ਦੇਖ ਲਓ ਸਪਰਿੰਗ ਬਹੁਤਾ ਹਾਰਡ ਆ ਤੇ ਉਥੇ ਕੋਈ ਨਰਮ ਸਪਰਿੰਗ ਪਾ ਦਿਓ ਅਗਰ ਇਦਾਂ ਵੀ ਨਹੀਂ ਹੁੰਦਾ ਤੇ ਚੁੱਪ ਕਰਕੇ ਕੀ ਕਰੋ ਰਵਾ ਕੀਤਿਆ ਨਹੀਂ ਚਲਦੀ ਤੇ ਉਥੋਂ ਕੇਵਲ ਲੈ ਆ ਕੇ ਨਵੀਂ ਪਾ ਦਿਓ 1.5-200 ਰੁਪਏ ਦੀ ਮਿਲੇਗੀ ਚੋਕ ਵਾਲੀ ਕੇਵਲ ਨਵੀਂ ਪਾ ਦਿਓ ਪੀਰ ਕਮਰ ਬੋਦਲਾ ਸਾਹਿਬ ਨੇ ਕਹਿੰਦੇ ਜੀ ਮੇਰਾ ਟਰੈਕਟਰ ਨੌਜਵਾਨ ਸਕੀਮ ਤੋਂ ਬੁੱਕ ਹੋ ਗਿਆ ਜੀ ਮਾਸ਼ਾਅੱਲਾ ਜੀ ਮੁਬਾਰਕ ਹੋਵੇ ਬ੍ਰਦਰ ਬੁੱਕ ਤੇ ਅਕਸਰ ਦੋਸਤਾਂ ਦੇ ਪਰਸਨਲ ਜੀ ਵੀ ਫੋਨ ਆਇਆ ਕਿ ਭਾਈ ਜੀ ਐਵੇਂ ਨਿਊਜ਼ ਦੇ ਰਹੇ ਹੋ ਜਾਂ ਜੈਨੂਨ ਭਾਈ ਜੈਨੂਨ ਨਿਊਜ਼ ਹੀ ਦੇ ਸਕਦੇ ਆ ਐਵੇਂ ਨਿਊਜ਼ ਥੋੜੋ ਦੇ ਸਕਦੇ ਆ ਹਾਂਜੀ ਫਿਦਾ हुसैन ਨੇ ਜੀ ਯਾਸਰ ਭਾਈ ਆਪ ਕਦ ਲੈ ਰਹੇ ਹਨ ਟਰੈਕਟਰ ਰੋਜ਼ ਹੀ ਪੁੱਛੇ ਜਾਂਦੇ ਨੇ ਵੀਰ ਜੀ ਇਹ ਹੀ ਗੱਲਾਂ ਨਹੀਂ ਲੈ ਰਹੇ ਹੱਲੇ ਲੇਟ ਹੈ ਕਿਹੜਾ ਵੀ ਲਿਆ ਲੇਟ ਆ ਹੱਲੇ ਹੱਲੇ ਨਹੀਂ ਲੈ ਰਹੇ ਕੋਈ ਵੀ ਕਿਹੜਾ ਵੀ ਲੈ ਲਿਆ ਕੋਈ ਪਤਾ ਨਹੀਂ ਕਿਹੜਾ ਲਾਊਗਾ ਲੇਕਿਨ ਹੱਲੇ ਲੇਟ ਹੈ ਕਮ ਸਕਮ 2-3 ਮਹੀਨੇ ਲੇਟ ਹੈ ਸੈਦ ਚੀਮਾ ਭਾਈ ਨੇ ਕਹਿੰਦੇ ਨੇ ਜੀ ਮੈਸੀ 260 ਤੇ 375 ਚ ਕੀ ਫਰਕ ਆ ਜੀ ਦੋਨਾਂ ਦੀ ਡੀਜ਼ਲ ਐਵਰੇਜ ਦਾ ਕੀ ਫਰਕ ਆ ਜ਼ਮੀਦਾਰ ਵਾਸਤੇ ਕਿਹੜਾ ਬੈਸਟ ਹੈ 375 ਬੈਸਟ ਹੈ ਜੀ ਤੇ ਜੀ ਡੀਜ਼ਲ ਐਵਰੇਜ ਦੀ ਗੱਲ ਕਰੋ ਤਾਂ 375 ਖਾਲੀ ਤੁਰੋਂ ਫਿਰੋਗੇ ਤੇ ਜ਼ਿਆਦਾ ਪੀਏਗਾ ਇਸ ਤੋਂ ਇਲਾਵਾ ਕੋਈ ਵੀ ਉਹਦਨਾ ਕੰਮ ਕਰ ਲੋਂਗੇ ਖਾਓ ਟਰਾਲੀ ਦਾ ਆ ਜ਼ਮੀਦਾਰੇ ਦਾ ਆ ਅਦਰ ਕੋਈ ਵੀ ਆਈਟਮ ਚਲਾਉਂਗੇ ਤੇ 260 ਦੇ 19 ਵੀ ਉੱਪਰ ਥੱਲੇ ਰਹੇਗਾ ਉਨੀ ਵੀ ਦਾ ਮਤਲਬ ਇਹ ਹੁੰਦਾ ਹੈ ਵੀ ਕਿਤੇ 260 ਕਿਸੇ ਜਗ੍ਹਾ ਤੇ ਹਲਕਾ ਫੁਲਕਾ ਘੱਟ ਪੀ ਲਏਗਾ ਤਾਂ ਪਤਾ ਕੋਈ ਨਹੀਂ ਆਦਰਵਾਇਜ਼ 375 ਘੱਟ ਬਰਾਬਰ ਹੀ ਪੀਏਗਾ 260 ਦੇ ਇਹਨਾਂ ਦਾ ਐਡਾ ਡੀਜ਼ਲਾਂ ਦੇ ਫਰਕ ਕੋਈ ਨਹੀਂ 260 3 ਸਿਲੰਡਰ ਜ਼ਰੂਰ ਆ ਪਿਸਟਨ ਥੋੜੇ ਜਿਹੇ ਛੋਟੇ ਜ਼ਰੂਰ ਆ 75 ਨਾਲੋਂ ਲੇਕਿਨ ਇਹ ਬਲਾ ਹੈ ਤੇਲ ਦੇ ਮਾਮਲੇ ਦੇ ਵਿੱਚ ਉਹਦੀ ਵਜ੍ਹਾ ਹੈ ਕਿ ਟਰੈਕਟਰ ਖੁਸ਼ ਹੋ ਕੇ ਰਾਜ਼ੀ ਹੋ ਕੇ ਸੱਠਾ ਚੱਲਦਾ ਹੀ ਨਹੀਂ ਠੀਕ ਹੈ ਹਲਕਾ ਜਾਂ ਦਬ ਕੇ ਆਰ ਪੀ ਐਮ ਕਾਫੀ ਸਾਰੇ ਤੋੜ ਕੇ ਚੱਲਦਾ ਹੈ ਇਸ ਗੱਲੋਂ ਇਹ ਤੇਲ ਦਾ ਉਜਾੜਾ ਮੇਰੀ ਸਮਝ ਦੇ ਵਿੱਚ ਤਾਂ ਇਦਾਂ ਹੀ ਆ لہذا میں ت 60 ਜਿਹੜਾ ਆ ਉਹ ਤੇਲ ਦੇ ਖਾਦੇ ਹੋਏ ਨੇ ਵੇਚ ਕੇ 85 ਲਿਆ ਸੀ ਤੇ ਮੈਨੂੰ ਕੋਈ ਫਰਕ ਨਹੀਂ ਮਹਿਸੂਸ ਹੋਇਆ ਵੀ 60 ਜ਼ਿਆਦਾ ਪੀਂਦਾ ਜਾਂ 85 ਜ਼ਿਆਦਾ ਪੀਂਦਾ 85 ਅਗਰ ਜ਼ਿਆਦਾ ਪੀਂਦਾ ਸੀਗਾ ਹਲਕਾ ਫੁਲਕਾ ਜ਼ਿਆਦਾ ਪੀਂਦਾ ਸੀ ਤੇ ਨਵਾਬ ਨਵਾਬਾਂ ਤਰ੍ਹਾਂ ਕੰਮ ਵੀ ਕਰਦਾ ਸੀਗਾ 60ੇ ਤਰ੍ਹਾਂ ਜਿਹੜਾ ਆ ਹੂੰ 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 ਵਾਈ ਦੇ ਵਿੱਚ ਕੁੱਟ ਹੋ ਕੇ ਨਹੀਂ ਸੀ ਚੱਲਦਾ ਇਸ ਵੱਲੋਂ ਮੈਂ ਸਮਝਦਾ ਕਿ 75 ਜਿਹੜਾ ਆ 60ੇ ਨਾਲੋਂ ਬੈਸਟ ਹੈ ਜ਼ਿੰਦਗੀ ਵੀ ਜ਼ਿਆਦੀ ਹੈ ਇੰਜਨ ਦੀ ਤੇ ਬਾਕੀ ਉਹਦੀ ਹਰ ਚੈਅ ਦੀ ਤੇ ਕੰਮ ਨੂੰ ਵੀ ਤਕੜਾ ਹੈ ਤੇ ਡੀਜ਼ਲ ਦਾ ਵੀ ਇਹਦਾ ਮਾੜਾ ਮੋਟਾ ਫਰਕ ਹੈ ਪਾਈ ਹਬੀਬੋ ਰਹਿਮਾਨ ਸਾਹਿਬ ਨੇ ਚੀਚਾ ਬਤਨੀ ਤੋਂ ਕਹਿੰਦੇ ਜੀ ਫੀਅਟ 480 ਦੇ ਪਿੱਛੇ 11 ਕਲਟੀਵੇਟਰ ਚਲਾ ਰਿਆਂ ਕਿ ਆ ਇਹਨਾਂ ਨੂੰ ਮੈਂ ਵੱਡੇ ਕਰ ਸਕਦਾ ਹਾਂ ਜੀ ਬਿਲਕੁਲ ਕਰ ਸਕਦੇ ਹਾਂ ਤੇ ਕਿਆ ਚਲਾ ਵੀ ਸਕਦਾ ਜੀ ਬਿਲਕੁਲ ਚਲਾ ਵੀ ਸਕਦੇ ਆ ਇਹ ਆ ਵੀ ਥੋੜਾ ਜਿਹਾ ਚੁੱਕ ਕੇ ਰੱਖਣਾ ਪਊਗਾ ਹੜਾ ਲਗ 13 ਦੇ ਕਲਟੀਵੇਟਰ ਵੀ 480 ਤੁਹਾਡਾ ਚਲਾ ਲੇਗਾ ਉਸ ਤਰੀਕੇ ਵਧੀਆ ਤਾਂ ਨਹੀਂ ਚਲਾਊਗਾ ਲੇਕਿਨ ਚਲਾ ਸਕਦਾ ਤੇ ਜੇ ਹਾਲ ਵੱਡੇ ਕਰਾਉਣੇ ਹੋਣ ਤੇ ਵੱਡੇ ਵੀ ਹੋ ਜਾਣਗੇ 13 ਕਲਟੀਵੇਟਰ ਹੋ ਜਾਂਦੇ ਆ ਕੋਈ ਮਸਲੇ ਵਾਲੀ ਗੱਲ ਨਹੀਂ ਐ ਸਾਡੇ ਪਾਸੇ ਕਈਆਂ ਲੋਕਾਂ ਨੇ ਜਿਹੜੇ ਨਵੇਂ ਨਹੀਂ ਬਣਵਾ ਸਕਦੇ ਸੀ ਉਹਨਾਂ ਨੇ 13 ਦੇ ਕਲਟੀਵੇਟਰ ਕਰਵਾ ਔਰ ਥੋੜਾ ਖਰਚ ਆਇਆ ਕੋਈ ਪਰੇਸ਼ਾਨੀ ਦੀ ਬਾਤ ਨਹੀਂ ਅਕਸਰ ਲੋਕ ਕਹਿੰਦੇ ਆ ਜੀ ਬੈਲੈਂਸ ਖਰਾਬ ਹੋ ਗਿਆ ਹੁਣੇ ਕਿਦਾਂ ਹੋਊ ਤੇ ਕਿਦਾਂ ਚੱਲੂ ਤੇ ਕੀ ਕਰੂਗਾ ਇਹ ਸਹੀ ਨਹੀਂ ਚੱਲੂਗਾ ਕੁਝ ਵੀ ਨਹੀਂ ਹੁੰਦਾ ਹੈਗਾ ਵੀਰ ਜੀ ਬਿਲਕੁਲ ਜ਼ਬਰਦਸਤ ਜਿੱਦਾਂ ਦਾ ਅੱਗੇ ਉਹਦਾ ਫਰੇਮ ਆ ਉਹਦਾਂ ਦਾ ਬਰਾਬਰ ਫਰੇਮ ਸਿਆਣਾ ਬੰਦਾ ਫਰੇਮ ਬਣਾ ਕੇ ਤੇ ਪਿੱਛੇ ਦੋ ਕੋਡ ਹੋਰ ਲਾ ਦੇਵੇ ਤੇ ਨਜ਼ਾਰਾ ਪੱਜ ਜਾਂਦਾ ਦੋਨਾਂ ਪਾਸੇ ਕੋਡ ਲੱਗਣੇ ਇੱਕ ਇੱਕ ਤੇਰਾ ਕਲਟੀਵੇਟਰ ਹੋ ਜਾਏਗਾ ਵੈਲਡਿੰਗ ਮਜ਼ਬੂਤ ਹੋ ਜਾਏਗੀ ਨਹੀਂ ਜਾਂਦੀ ਉਹ ਡੈਸਿਮਿਦਾਰ ਸਾਡੇ ਪਾਸੇ ਚਲਾਈ ਫਿਰਦੇ 11 ਨੂੰ 13 ਕਰਵਾ ਕੇ ਚਲਾਈ ਫਿਰਦੇ ਕੁਝ ਵੀ ਨਹੀਂ ਹੁੰਦਾ ਹੈਗਾ ਤੁਸੀਂ ਕਰਵਾਉਣ ਅਗਰ ਤੇਰਾ ਨਾ ਸ਼ੌਕ ਰੱਖਦੇ ਆਂ ਤੇ ਚਲਾਓ 13 ਦੇ ਚਲਾਓ ਗਿਆ ਨਾ ਦੂਵੇ ਦੇ ਬਰਕੇ ਵੈਸੇ ਵੀ ਡੀਜ਼ਲ ਜਿਹੜੇ ਹੁਣ ਮਹਿੰਗੇ ਹੋ ਗਏ ਐਮਪਲੀਮੈਂਟ ਵੱਡੇ ਹੀ ਹੋਣਗੇ ਤੇ ਕੰਮ ਚੱਲਣਾ ਆਦਰਵਾਇਜ਼ ਫਿਰ ਕੰਮ ਖਰਾਬ ਹੋ ਜਾਏਗਾ ਇੱਕ ਭਾਈ ਹੁਣੀ ਕਹਿ ਰਹੇ ਨੇ ਜੀ ਚਲੋ ਮੈਂ ਨਾਮ ਨਹੀਂ ਲੈਂਦਾ ਭਾਈ ਹੁਣੀ ਕਹਿੰਦੇ ਨੇ ਕਿ ਭਾਈ ਜੀ ਲਫ਼ਜ਼ ਕੰਪਨੀ ਨਹੀਂ ਹੁੰਦਾ ਕੰਪਨੀ ਹੁੰਦਾ ਹੈ ਕੰਪਨੀ ਜਾਂ ਪੜ੍ਹ ਲਿਖ ਲੋ ਤੇ ਜਾਂ ਕਿਸੇ ਪੜ੍ਹ ਲਿਖੇ ਬੰਦੇ ਨੂੰ ਨਾਮ ਰੱਖਿਆ ਕਰੋ ਤੇ ਉਹਨੂੰ ਪੁੱਛ ਲਿਆ ਕਰੋ ਤੇ ਕਿਸੇ ਕੋ ਮਸ਼ਵਰਾ ਦੇ ਇਦਾਂ ਦੀਆਂ ਗੱਲਾਂ ਕੀਤੀਆਂ ਪਿਆਰੇ ਵੀਰ ਅੱਗਾ ਤੋਂ ਕਵਾਂਗੇ ਕੰਪਨੀ ਅੱਗਾ ਤੋਂ ਖਿਆਲ ਰੱਖਾਂਗੇ ਕੰਪਨੀ ਨਹੀਂ ਕਵਾਂਗੇ ਕੰ ਇੰਦਰ ਸਿੰਘ ਪਰਵਾਲ ਕਹਿੰਦੇ ਨੇ ਜੀ ਚੌਰੀ ਅਜ਼ੀਮ ਲਾਈ ਦਾ ਚੈਨਲ ਕਿਉਂ ਨਹੀਂ ਬਣਾ ਰਹਾ ਮੈਨੂੰ ਵੀਕਲੀ ਦੇ ਵਿੱਚ ਜ਼ਰੂਰ ਲਿਓ ਤੇ ਦੱਸਿਓ ਜ਼ਰੂਰ ਪਾਈ ਜਾਨ ਚੌਰੀ ਅਜ਼ੀਮ ਲਾਈ ਜ਼ਿੰਮੇਦਾਰ ਆਦਮੀ ਨੇ ਚੈਨਲ ਚਲਾਉਣੇ ਆਸਾਨ ਨਹੀਂ ਨੇ ਤੇ ਚੈਨਲ ਵੀਡੀਓ ਬਣਾਉਣੀਆਂ ਵੀ ਇੱਟੇ ਆਸਾਨ ਨਹੀਂ ਨੇ ਲੱਗਦਾ ਏਦਾਂ ਹੀ ਆ ਵੀ ਈਜ਼ੀ ਕੰਮ ਆ ਬਾਟੇ ਆਸਾਨ ਨਹੀਂ ਐ ਇਹਦੇ ਵਾਸਤੇ ਅੱਗੇ ਪਿੱਛੇ ਸੌ ਤੰਦੇ ਮੰਦੇ ਚੱਕਰਮੱਕਰ ਸੌ ਗੱਲਾਂ ਬਾਤਾਂ ਹੁੰਦੀਆਂ ਅਜ਼ੀਮ ਲਾਈ ਭਾਈ ਜ਼ਿੰਮੇਦਾਰ ਆਦਮੀ ਨੇ ਜੀ ਉਹਨਾਂ ਕੋਲ ਇਤਨਾ ਟਾਈਮ ਨਹੀਂ ਹੁੰਦਾ ਤੇ ਇਸ ਕਰਕੇ ਉਹ ਚੈਨਲ ਨਹੀਂ ਬਣਾ ਸਕਦੇ ਤੇ ਨਾ ਹੀ ਉਹਨਾ ਬਣਾਉਣਾ ਹਾਂ ਹਾਂਜੀ ਵੀਰ ਹੁਣੀ ਕਹਿੰਦੇ ਨੇ ਜੀ ਤੁਹਾਡੇ ਵੱਲ ਮਰਬਾ ਕਿੰਨੇ ਕਿੱਲਿਆਂ ਦਾ ਹੁੰਦਾ ਮਰਬਾ ਹੁੰਦਾ ਭਾਈ ਜਾਨ 25 ਕਿੱਲਿਆਂ ਦਾ ਤੇ ਇੱਕ ਕਿੱਲਾ ਹੁੰਦਾ 8 ਕਨਾਲਾਂ ਦਾ ਫੈਸਲਾਬਾਦ ਦੇ ਤੇ ਇਸ ਤਰ੍ਹਾਂ ਦੇ ਕੁਝ ਏਰੀਏ ਨੇ ਜਿਹਦੇ ਵਿੱਚ ਨਵਾਂ ਕਨਾਲਾਂ ਦੇ ਕਿੱਲੇ ਵੀ ਹੈਗੇ ਨੇ ਬਾਕੀ ਸਾਢੇ ਵਾਲੀ ਸਾਈਡ ਤੇ 8 ਕਨਾਲ ਦਾ ਏਕੜ ਹੈ ਤੇ 25 ਕਿੱਲਿਆਂ ਦਾ ਇੱਕ ਮਰਬਾ ਹੁੰਦਾ ਜੀ ਤੋ ਬਾਕੀ ਮੈਂ ਸਮਝਦਾ ਵੀ ਕਮੈਂਟ ਤਾਂ ਜਿਹੜੇ ਆ ਉਹ ਅੱਗੇ ਵੀ ਆਪਾਂ ਰੋਜ਼ਾਨਾ ਹੀ ਲੈਂਦੇ ਰਹੀਦਾ ਹੈ ਜਿਹੜੇ ਆ ਉਹਨਾਂ ਨੂੰ ਤੁਹਾਨੂੰ ਜਵਾਬ-ਸ਼ਬਾਬ ਆਉਂਦੇ ਰਹਿੰਦੇ ਆ ਜਿਨ੍ਹਾਂ ਦਾ ਮੇਰੀ ਸਮਝ ਹੁੰਦੀ ਹੈ ਉਹਦੇ ਮੁਤਾਬਕ ਯਾਰ ਮੈਂ ਹੈਰਾਨ ਆ 85 ਨਏ ਜਿਹੜੇ ਆ ਰਹੇ ਨੇ ਉਹਨਾਂ ਦੀ ਜਿਹੜੀ ਜਿਹਨੂੰ ਫਿਨਿਸ਼ਿੰਗ ਕਹਿੰਦੇ ਆ ਪੜੇ ਲਿਖੇ ਲਫ਼ਜ਼ਾਂ ਸ਼ਾਇਦ ਚਲੋ ਮੈਂ ਆਪਦੇ ਸਾਧਾ ਲਫ਼ਜ਼ਾਂ ਚ ਕਹਾਂ ਤੇ ਉਹਦੀ ਜਿਹੜੀ ਲੋਹੇ ਨੂੰ ਰਗੜਾਈ ਕਰਨਾ ਜਾਂ ਸਫਾਈ ਕਰਨਾ ਇਤਨਾ ਬੁਰੇ ਤਰੀਕੇ ਦਾ ਆ ਰਿਹਾ ਹੈ ਮੇਰਾ ਫਾਈਨਲੀ ਮੇਰੇ 4 ਦਿਨ ਪਹਿਲੇ ਮੇਰੇ ਤਾਇਆ ਦਾ ਟਰੈਕਟਰ ਪਹੁੰਚਿਆ ਹੈ 385 तमाम ਸਮਝ ਤੋਂ ਗੱਲ ਬਾਅਦ ਆ ਵੀ ਸਫਾਈ ਕੋਈ ਨਹੀਂ ਤੁਹਾਡੇ ਅਗਰ ਵੀ ਕੋਈ 385 ਆਵੇ ਤੁਹਾਨੂੰ ਗੌਰ ਨਾਲ ਦੇਖਣਾ ਉਹਦਾ ਗੇਅਰ ਬਕਸੇ ਨੂੰ ਥੱਲੋਂ ਬੈਠ ਕੇ ਨਾ ਇਸ ਤਰੀਕੇ ਦੋਹਾਂ ਸਾਈਡਾਂ ਤੋਂ ਦੇਖਣਾ ਗੇਅਰ ਬਕਸੇ ਉੱਤੋਂ ਨਹੀਂ ਦੇਖੀ ਜਾਂਦਾ ਟਾਪੇ ਨੂੰ ਸਾਈਡ ਦੇਖੀ ਜਾਂਦੀ ਥੱਲੋਂ ਬੈਠ ਕੇ ਉਹ ਦੇਖ ਉਹ ਦੇਖੋਗੇ ਫਿਰ ਤੁਸੀਂ ਉਹ ਜਿਹੜਾ ਜਿੱਥੇ 에ਅਰ ਕਲੀਨਰ ਦਾ ਪਾਈਪ ਇੰਜਨ ਦੇ ਅੰਦਰ ਲੱਗਾ ਲੋਹੇ ਵਾਲਾ ਜਿਹੜਾ ਉਹ ਜਾ ਰਿਹਾ ਜਿਹਦੇ ਉੱਤੇ ਪਰਕਨ ਅਕਸਰ ਲਿਖਿਆ ਹੁੰਦਾ ਸੀ ਪਹਿਲੇ ਟਰੈਕ ਉਸ ਜਗ੍ਹਾ ਤੇ ਦੇਖੋਗੇ ਠੀਕ ਹੈ ਅਗਲੀ ਜਿਹੜੀ ਢੜੀ ਆ ਉਹਦੇ ਉੱਪਰ ਵੇਖੋਗੇ ਬੈਕ ਸਾਈਡ ਤੇ ਦੇਖੋਗੇ ਹਾਂਡੀਆਂ ਟੂਪਾਂ ਦੀ ਸਫਾਈ ਬੇਕਾਰ ਕੋਈ ਸਫਾਈ ਨਹੀਂ ਹੈ ਕੋਈ ਰਗੜਾਈ ਨਹੀਂ ਹੋ ਰਹੀ ਕੋਈ ਰੇਗਮਾਲ ਮਾਰ ਕੇ ਕੋਪਟਿਨ ਲਗਾ ਕੇ ਪੂਰਾ ਸ਼ਾਵਰ ਕਰਨਾ ਅਸਤਰ ਜਿਹਨੂੰ ਕਹਿੰਦੇ ਆ ਖੁਸ਼ਕ ਪੇਂਟ ਜਿਹਨੂੰ ਕਹਿੰਦੇ ਆ ਲਗਾ ਕੇ ਉਹਦੇ ਉੱਪਰ ਪੇਂਟ ਮਾਰਨਾ ਇਸ ਤਰ੍ਹਾਂ ਦੀ ਮਾਰਦੇ ਜ਼ਰੂਰ ਹੋਣਗੇ ਮੈਂ ਇਹ ਨਹੀਂ ਆਂਦਾ ਖੁਸ਼ਕ ਪੇਂਟ ਮਾਰ ਕੇ ਪੇਂਟ ਮਾਰਦੇ ਹੋਣਗੇ ਲੇਕਿਨ ਸਮਝ ਤੋ ਗੱਲ ਬਾਹਰ ਆ ਵੀ ਇੱਕ ਆਮ ਅਣਜਾਣ ਆਦਮੀ ਜਿਹੜਾ ਉਹ ਵੀ ਕੁਝ ਥੋੜੀ ਜਿਹੀ ਸਫਾਈ ਲੈ ਆਉਂਦਾ ਲੇਕਿਨ ਸਮਝ ਤੋ ਗੱਲ ਬਾਹਰ ਆ ਮੇਰੀ ਤਾ ਵੀ ਇਹ ਕਿਉਂ ਨਹੀਂ ਹੋ ਰਿਹਾ ਔਰ ਇਹ ਮੈਂ ਤਾਂ ਕਹਿ ਰਿਹਾ ਕਿ ਮੈਂ ਪਰਕੰਦੇ ਦੇ ਟਰੈਕਟਰ ਕਾਫੀ ਸਾਰੇ ਦੇਖ ਚੁੱਕਿਆ ਹਾਂ ਕਾਫੀ ਪਰਕੰਦੇ ਮੈਂ ਟਰੈਕਟਰ ਦੇਖੇ ਨੇ ਜਿਨ੍ਹਾਂ ਦੀ ਸਫਾਈ ਜ਼ਿਆਦਾ ਹੈ ਹਲੇ ਤੱਕ ਉਹਨਾਂ ਦੇ ਰੰਗ ਲੱਥ ਗਏ ਨਹੀਂ ਉਤਰੋਂ ਲੇਕਿਨ ਥੱਲੇ ਉਹ ਇੰਜਨ ਦੀ ਗੀਅਰ ਬਕਸ਼ੇ ਹਾਲਾਂਕਿ ਕਈ ਉਸ ਤੋਂ ਬਾਅਦ ਕਈਆਂ ਮਾਡਲਾਂ ਦੇ 2000 ਤੋਂ ਬਾਅਦ ਜਿਹੜੇ 85 ਸਟਾਰਟ ਹੋਏ ਨੇ ਇਹ 2000 ਚ ਜਾਂ ਉਸ ਤੋਂ ਬਾਅਦ 6 7 8 ਤੱਕ ਵੀ ਕੁਝ ਮਾਡਲ ਆਉਂਦੇ ਰਹੇ 6 ਤੱਕ ਵੈਸੇ ਲਾਸਟ ਆਏ ਨੇ ਉਸ ਤੋਂ ਬਾਅਦ ਲੇਕਿਨ ਇਹ 8 9 ਤੱਕ ਵੀ ਕਈਆਂ ਕੋ ਫਿਰੰਦੇ ਆ ਮਾਡਲ ਕਿਉਂਕਿ ਉਹ ਕਈ ਬੁਕਿੰਗਾਂ ਕਈਆਂ ਦੇ ਖੜੇ ਸੀ ਪਿੱਛੇ ਤੇ ਉਹ ਬੁਕਿੰਗ ਚ ਫਿਰ ਮਿਲ ਗਏ ਤੇ ਇਦਾਂ ਦੇ ਮਾਮਲੇਤ ਹੋ ਕੇ ਕੁਝ ਸਾਲ ਦੋ ਅੱਗੇ ਤੱਕ ਵੀ ਮਿਲਦੇ ਰਹੇ ਕਈਆਂ ਨੂੰ ਲੇਕਿਨ ਮੁਕੰਮਲ ਟਰੈਕਟਰ ਨਹੀਂ ਅੱਛਾ ਜਿਹੜੇ ਉਹ ਉਦੋਂ ਤੱਕ ਟਰੈਕਟਰ ਆਏ ਨੇ ਨਾ ਬਲਕਿ ਮੈਂ ਤਾਂ ਇਹ ਕਹੂੰਗਾ ਵੀ ਉਸ ਤੋਂ 10 ਤੱਕ ਵੀ ਜਿਹੜੇ ਆਏ ਨੇ ਜਾਂ 12 13 14 15 17 ਤੱਕ ਵੀ ਟਰੈਕਟਰ ਜਿਹੜਾ ਆਇਆ ਨਾ ਉਹਦੇ ਉੱਤੇ ਵੀ ਸਫਾਈ ਸੀਗੀ 17 ਤੋਂ ਬਾਅਦ ਇੱਕਦਮ 18 19 20 ਜਿੱਦਾਂ ਜਿੱਦਾਂ ਹੁਣ ਹੋ ਰਿਆ ਨਾ ਅੱਗਾ ਤੋਂ ਕਾ ਮੈਨੂੰ ਕੋਈ ਮਾਡਲ ਮੈਂ ਦੇਖ ਰਿਆ ਮੈਂ ਆਪਣੇ ਜ਼ਿਹਨ ਦੇ ਵਿੱਚ ਸਕੈਚ ਰੱਖੇ ਹੋਏ ਆ ਪੁਰਾਣੇ ਟਰੈਕਟਰਾਂ ਦੇ ਸਾਰਿਆਂ ਦੇ ਵੀ ਔਰ ਮਾਡਲਾਂ ਦੇ ਵੀ ਹੱਤਾ ਕਿ ਮੇਰਾ ਆਪਣਾ 200 2015 ਮਾਡਲ ਦੀ ਸਫਾਈ ਜ਼ਿਆਦਾ ਸੀਗੀ ਠੀਕ ਹੈ ਜੀ ਮਤਲਬ ਕਿ ਲੋਹੇ ਦੀ ਸਫਾਈ ਜਿਹੜੀ ਹੈ ਨਾ ਟਿੱਬਲ ਠੋਏ ਤੇ ਰੇਤ ਜਿਹੀ ਨਜ਼ਰ ਆਈ ਜਾਣੀ ਤੇ ਯਾਨੀ ਰਗੜਾਂ ਜੀਆਂ ਲੱਗੀਆਂ ਇੰਜਨ ਨੂੰ ਲੋਹੇ ਨੂੰ ਥੱਲਿਓਂ ਜਿੱਦਾਂ ਨਹੀਂ ਟਾਂਚੇ ਦੇ ਵਿੱਚੋਂ ਸੁੱਚੇ ਦੇ ਵਿੱਚੋਂ ਜਿਹੜਾ ਸੁੱਚੇ ਬਣਾਦੇ ਜਿਹਨਾਂ ਸੁੱਚਿਆਂ ਉਹ ਸੋਚੇ ਜੋ ਉਹਨਜੀ ਕੱਢ ਕੇ ਉਹਨੂੰ ਪਾਣੀ ਚ ਝਗਾ ਲਗੇ ਤੇ ਉਹਦੇ ਉੱਤੇ ਖੁਸ਼ਕ ਪੇਂਟ ਤੇ ਦੂਆ ਪੇਂਟ ਥੱਪ ਕੇ ਤੇ ਫਿਟਿੰਗ ਕਰ ਦਿੰਦੀ ਇਸ ਤਰ੍ਹਾਂ ਦਾ ਕੋ ਮਾਮਲਾ ਹੈ ਠੀਕ ਹੈ ਜੀ ਔਰ ਇਹ ਵੱਲਾ ਆਲਮ ਹੋਣੀ ਦੀ ਸਪੀਡ ਜ਼ਿਆਦੀ ਹੈ ਕਿ ਮਤਲਬ ਆਪਾਂ ਨੂੰ ਮਿਲ ਨਹੀਂ ਰਿਹਾ ਉਹਦੀ ਮੰਗ ਬਹੁਤੀ ਹੋਈ ਖੜੀ ਆ ਇਹੇ ਜੀ ਕੋ ਰੀਜ਼ਨ ਬਣੀ ਖੜੀ ਏ ਜਾਂ ਪਤਾ ਨਹੀਂ ਕੀ ਯਾ ਬਹਰ ਹਾਲ ਆਪਣੇ ਇਰਦ ਗੇ ਤੁਸੀਂ ਟਰੈਕਟਰ ਦੇਖੋਗੇ ਤੁਹਾਨੂੰ ਮਹਿਸੂਸ ਹੋਏਗਾ ਵਾਕਿਆ ਹੀ ਜਿਹੜੀ ਗੱਲ ਮੈਂ ਕਰ ਰਿਹਾ ਸਹੀ ਆ ਇਹ ਨੈਕਸਟ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਬਿਹਤਰੀ ਕੋਈ ਨਜ਼ਰ ਨਹੀਂ ਆ ਰਹੀ ਔਰ ਮਹਿੰਗਾਈ ਜਿਹੜੀ ਹੈ ਮਜ਼ੀਦ ਇਨਸ਼ਾ ਅੱਲ ਪੈਟਰੋਲ ਦੀਆਂ ਡੀਜ਼ਲ ਦੀਆਂ ਕੀਮਤਾਂ ਜਿੰਨਾ ਵੱਧ ਗਈਆਂ ਆ ਇਹ ਹਾਲਾਤ ਜਿਹੜੇ ਨੇ ਦਿਨ-ਬਿਜੇ ਨੇ ਖਰਾਬ ਹੀ ਹੋਣਗੇ ਕਿਉਂਕਿ ਕੈਰੇਜ ਇਕੱਲਾ ਕੈਰੇਜ ਹੀ ਪਾ ਲਓ ਹੋਰ ਕੁਝ ਵੀ ਨਾ ਕਰੋ ਡਾਲਰ ਰੇਟ ਨਾ ਵਧਾਓ ਇਕੱਲਾ ਕੈਰੇਜ ਹੀ ਵਧਾ ਦਿਓ ਤੁਸੀਂ ਐਡਮਾ ਦੇ ਉੱਪਰ ਤੇ ਤੁਹਾਡੀ ਹਰ ਆਈਟਮ ਜਿਹੜੀ ਉਹ ਮਹਿੰਗੀ ਹੋ ਜਾਣੀ ਆ ਸੋ ਇਸ ਕਰਕੇ ਮੇਰੀ ਸਮਝ ਇਹ ਕਹਿ ਰਹੀ ਹੁਣ ਵਾਲੇ ਵਕਤ ਦੇ ਵਿੱਚ ਮੈਂ ਦੇਖ ਰਿਹਾ ਕਿ ਮੋਟਰਸਾਈਕਲ ਕਾਰਾਂ ਟਰੈਕਟਰ ਹਰ ਚੀਜ਼ ਮਹਿੰਗੀ ਹੋ ਰਹੀ ਆ ਤਾਂ ਜਿਹੜੀ ਚੀਜ਼ ਜ਼ਰੂਰਤ ਦੀ ਆğer ਕਿਸੇ ਕੋ ਪੈਸੇ ਹੈਗੇ ਨੇ ਤੇ ਆਪਦੇ ਆਈਟਮ ਜਿਹੜੀ ਆ ਟਾਈਮ-ਟਾਈਮ ਲੈਣਾ ਹੀ ਬਿਹਤਰੀ ਆ ਔਰ 스피ਡ ਰੁਕਣ ਵਾਲੀ ਨਹੀਂ ਹੈਗੀ ਤੇ ਅੱਜ ਇੱਕ ਰੂਟਾ ਵੈਟਰ ਜਨਾਬ 1 ਲੱਖ ਤੇ 10000 ਰੁਪਏ ਦਾ ਰੂਟਾ ਵੈਟਰ ਹੁੰਦਾ ਸੀ 36 ਕਟਰ ਅੱਜ ਇੱਕ ਦੋਸਤ ਸੀ ਕਿ ਉਹ ਪਤਾ ਕਰਨ ਗਿਆ ਜਨਾਬ 1 ਲੱਖ ਤੇ 90000 ਰੁਪਏ ਦਾ 36 ਕਟਰ ਰੂਟਾ ਵੈਟਰ ਇੱਕ ਘਰ ਨੇ 85 ਦਾ ਕਿਹਾ ਇੱਕ ਘਰ ਨੇ 65 17 ਦਾ ਕਿਹਾ ਯਾਰ ਕਮਾਲ ਨਹੀਂ ਹੋ ਗਈ 1 ਲੱਖ 10000 ਸਿਰਫ ਇੱਕ ਲੱਖ ਦੀ ਆਈਟਮ ਪਿੱਛੇ ਲੱਖ ਰੁਪਇਆ ਵਧ ਗਿਆ ਕਮਾਲ ਹੋ ਗਈ ਹੈ ਇਸ ਮੁਲਕ ਦੇ ਵਿੱਚ ਠੀਕ ਹੈ ਪੂਰੀ ਦੁਨੀਆ ਦੇ ਵਿੱਚ ਮਹਿੰਗਾਈ ਹੋਈ ਹੈ ਲੇਕਿਨ ਅਕਸਰ ਦੋਸਤ ਫੇ ਸਿਆਸੀ ਮਾਮਲਾ ਲੈ ਜਾਂਦੇ ਆ ਥੱਲੇ ਆ ਕੇ ਕਮੈਂਟ ਕਰਨ ਲੱਪ ਜਾਂਦੇ ਹਾਰਡ ਹੈ ਲੋਜਿ ਪੂਰੀ ਦੁਨੀਆ ਚ ਹੋ ਗਈ ਤੁਸੀਂ ਨਹੀਂ ਸਮਝ ਰਹੇ ਫਲਾ ਨਹੀਂ ਕਰ ਰਹੇ ਮੈਂ ਕਹਿੰਨਾ ਵੀ ਡਵੈਲਪਮੈਂਟ ਹੀ ਕੋਈ ਨਹੀਂ ਇਸ ਮੁਲਕ ਦੇ ਵਿੱਚ ਪੱਠਾ ਬਾ ਦਿੱਤਾ ਹੋਣ ਜੀ ਕੋਈ ਇਹਨਾਂ ਨੂੰ ਸਮਝ ਹੀ ਕੋਈ ਨਹੀਂ ਕਿਸੇ ਸ਼ਾਇਦ ਇਲਮ ਹੀ ਕੋਈ ਨਹੀਂ ਠੀਕ ਹੈ ਕੋਈ ਇਨਵੈਸਟਰ ਨਹੀਂ ਆਇਆ ਇਸ ਮੁਲਕ ਚ ਜਾਂਦਾ ਇਹਨਾਂ ਨੇ ਕੋਈ ਤੰਦਾ ਕੀਤਾ ਨਹੀਂ ਅੰਦਰ ਬਣ ਕੇ ਬੈਠੇ ਬਕਵਾਸ ترین ਟੋਲਾ ਇਕੱਠਾ ਹੋ ਗਿਆ ਹੈ ਠੀਕ ਹੈ ਪੱਠਾ ਬਾ ਦਿੱਤਾ 45 47 ਸਾਲ ਪਹਿਲੇ ਦੇ ਸਾਡੇ ਇੱਥੇ ਇੱਕ ਰ ਇੱਟਾਂ ਦਾ ਬਣਿਆ ਹੋਇਆ ਠੀਕ ਹੈ ਉਹ ਅੱਜ ਤੱਕ ਤਵਫੀਕ ਨਹੀਂ ਹੋਈ ਕਿਸੇ ਨੂੰ ਖੈਰਾ ਖਾਨ ਸਾਹਿਬ ਆਇਆ ਤੇ ਉਸ ਤੋਂ ਬਾਅਦ ਇੱਕ ਰੁਪਇਆ ਦਾ ਕੰਮ ਨਹੀਂ ਹੋਇਆ ਕਰਪਸ਼ਨ ਕਰਪਸ਼ਨ ਦੀ ਗੱਲ ਕਰਦੇ ਜਿੰਨੀ ਇਹਨਾਂ ਦਿਨਾਂ ਦੇ ਵਿੱਚ ਰਿਸ਼ਵਤ ਮੈਂ ਦਿੱਤੀ ਆ ਮਜਬੂਰ ਹਾਲਾਤ ਦੇ ਹੱਥੋਂ ਮਜਬੂਰ ਹੋ ਕੇ ਕਿਸੇ ਤਹਿਸੀਲਦਾਰ ਨੂੰ ਇੱਕ ਦੋ ਪਟਵਾਰੀਆਂ ਦੇ ਕੰਮ ਸੀ ਉਹਨਾਂ ਨੂੰ ਦਿੱਤੀ ਠੀਕ ਹੈ ਕਿਸੇ ਵੀ ਜਗ੍ਹਾ ਤੇ ਚਲੇ ਜਾਓ ਕਿਸਾਨ ਕਾਰਡ ਚੱਕਣ ਗਏ ਉੱਥੇ ਵੀ ਰਿਸ਼ਵਤ ਚੱਲ ਰਹੀ ਸੀ ਲੇਕਿਨ ਉੱਥੇ ਪਾਈ ਮੈਂ ਖਿੱਚਾ ਧੂਆ ਕਰਕੇ ਬਿਨਾਂ ਰਿਸ਼ਵਤੋ ਲੈ ਲਿਆ ਕਾਰਡ ਠੀਕ ਹੈ ਮੈਨੂੰ ਉਹਨਾਂ ਨੇ ਤੱਕੇ ਬੜੇ ਦਿੱਤੇ ਜ਼ਲੀਲ ਬ ਠੀਕ ਹੈ ਉਹ ਕਹਿਣਾ ਦਾ ਮਤਲਬ ਇਹ ਸੀ ਜਿਵੇਂ ਸੂਈ ਫਸ ਗਈ ਵੀ ਯਾਰ ਇਹ ਕੀ ਯਾਰ ਜ਼ਲਾਲਤ ਹੈ ਇਸ ਮੁਲਕ ਦੇ ਵਿੱਚ ਮੈਂ ਜਾਇਜ਼ ਕਾਮਾ ਮੇਰਾ ਮੇਰਾ ਜਾਇਜ਼ ਕਾਟ ਤਾਂ ਮੈਂ ਇਹਨਾਂ ਨੂੰ ਰਿਸ਼ਵਤ ਦੇਵਾਂ ਠੀਕ ਹੈ ਮੇਰੇ ਕੋ ਕਿਸੇ ਨੇ ਡਿਮਾਂਡ ਨਹੀਂ ਕੀਤੀ ਲੇਕਿਨ ਜਿਹੜੇ ਪਹਿਲੇ ਚੋਕੇ ਲਿਆਏ ਉਹ ਵੀ ਇਦਾਂ ਹੀ ਜ਼ਲੀਲ ਹੋ ਰਹੇ ਸੀ ਮੈਂ ਉਹਨਾਂ ਕੋਲੋਂ ਦਰਯਾਸਤ ਕੀਤਾ ਕਿ ਯਾਰ ਮੈਨੂੰ ਧੱਕੇ ਦਿੱਤੇ ਜਾ ਰਹੇ ਨੇ ਮੇਰਾ ਹੱਲ ਕੀ ਹੈ ਮੈਨੂੰ ਕਹਿੰਦੇ ਤੇਰਾ ਕਾਰਡ ਬਾਬਲਪੁਰ ਚ ਲੱਗਿਆ ਹੋਊਗਾ ਫਲਾਂ ਹੋ ਗਿਆ ਹੋ ਡਮਕਾ ਹੋ ਗਿਆ ਹੋ ਉਹਨਾਂ ਨੇ ਕਿਹਾ ਭਾਈ ਜਾਨ ਤੂੰ ਪੈਸੇ ਦਿੱਤੇ ਸੀ ਮੈਂ ਕਿਹਾ ਨਹੀਂ ਕਹਿੰਦੇ ਖਰਚਾ ਪਾਣੀ ਲਾਓ ਖਰਚਾ ਪਾਣੀ ਚਾਹੁੰਦੇ ਆ ਆਪਣਾ ਬਾੜਾ ਵਲੋਗ ਆਪਣਾ ਗੱਲਬਾਤ ਲੰਮੀ ਹੋ ਜਾਂਦੀ ਹੈ ਜੀ ਥੈਂਕਸ ਫॉर ਵਾਚਿੰਗ ਜੀ